ਬਿਸਮਿਲ੍ਲਾਹਿ ਰਹਿਮਾਨ ਰਹੀਮ। ਕਬੱਡੀ ਤ੍ਰੇਡ ਨਾਲ ਜੁੜੇ ਸਾਰੇ ਰਿਸਪੈਕਟਡ ਦੋਸਤਾਂ ਨੂੰ ਅਸਲਾਮ ਅਲੈਕੁਮ। ਅੱਜ ਅਸੀਂ ਪਹੁੰਚੇ ਹਾਂ ਪਾਂਚਾ ਕਮਾਲਪੁਰ। ਇਸ ਕਮਾਲਪੁਰ ਦਾ ਬਲਕਿ ਪਾਕਿਸਤਾਨ 'ਚ ਨਹੀਂ ਬਲਕਿ ਪੂਰੀ ਦੁਨੀਆ 'ਚ ਨਾਮ, ਜਿਨ੍ਹਾਂ ਦੀ ਮਿਹਨਤ ਹੈਗੀ ਹੈ ਜੀ ਉਸਤਾਦਾਂ ਦੇ ਉਸਤਾਦ ਉਸਤਾਦ ਉਮਰ ਯਾਦ ਵੱਲ ਆ। ਅੱਜ ਅਸੀਂ ਉਹਨਾਂ ਨਾਲ ਕੋਈ ਗੱਲਬਾਤ ਕਰਦੇ ਹਾਂ ਕਬੱਡੀ ਦੇ ਹਵਾਲੇ ਨਾਲ। ਅਸਲਾਮ ਅਲੈਕੁਮ ਜੀ ਉਸਤਾਦ ਜੀ, ਤੁਸੀਂ ਜੀ ਕਦੋਂ ਕਬੱਡੀ ਸ਼ੁਰੂ ਕੀਤੀ ਹੈ? 97 ਦੇ ਗਏ, 97 ਸ਼ੁਰੂ ਕੀਤਾ, 87 ਦੇ ਵਿੱਚ ਸ਼ੁਰੂ ਕੀਤੀ। ਹਾਂਜੀ, ਨਾਲ ਨਾਲ ਜੀ ਮੈਂ ਫੈਕਟਰੀ ਵੀ ਜਾਂਦਾ ਹਾਂ, ਫੈਕਟਰੀ ਹਾਂਜੀ ਯੂਸ ਹੋ ਉਹਦੇ ਵਿੱਚ ਜਾਂਦੇ, ਉੱਥੇ ਕੰਮ ਕਰਦੇ ਹਾਂ ਬਹੁਤ, ਜਮਸ਼ੇਦ ਨੂਰੀ ਦਾ ਨਾਲ ਕੰਮ ਕਰਦੇ ਨੇ, ਤਿੰਨ ਚੱਕਰ ਨੂਰੀ ਤਿੰਨ ਚੱਕਰ। ਹਾਂਜੀ, ਅਤੇ ਉਹਦੇ ਵਿੱਚ ਜਾਣੇ ਮੈਨੂੰ ਕੰਮ ਕਰਨਾ ਆਉਣ ਕੇ ਨਾਲ ਟ੍ਰੇਨਿੰਗ ਕਰਨੀ। ਹਾਂਜੀ, ਅਤੇ ਮਾਲ ਡੰਗਰ ਵੀ ਸਾਹਮਣਾ, ਨਾਲ ਆਪਣਾ ਮਾਂ ਪਿਓ ਦੀ ਸੇਵਾ ਕਰਨੀ। ਹਾਂਜੀ ਹਾਂਜੀ, ਅਤੇ ਇਹਦੇ ਵਿੱਚ ਆਣ ਕੇ ਜਿੰਨੀ ਮਿਹਨਤ ਕਰਾਂਗੇ ਇਹਦੇ ਵਿੱਚ ਓਨਾ ਹੀ ਬਿਹਤਰ ਹੈ। ਅਤੇ ਜੇ ਹੁਣ ਆ ਕੇ ਅਸੀਂ ਮੇਜ਼ 'ਤੇ ਬਹਿ ਕੇ ਕੌਡੀ ਖੇਡੀਏ ਤਾਂ ਅਸੀਂ ਖੇਡੀ ਜਾਣੀ, ਕਿਉਂਕਿ ਉਹ ਜਿਹੜੇ ਦੋਸਤ ਕਹਿੰਦੇ ਨੇ ਨਾ ਵੀ ਅਸੀਂ ਇਹ ਕੰਮ ਜਿਹੜਾ ਨਹੀਂ ਜੀ, ਅਸੀਂ ਐਸੇ ਜੀ, ਅਸੀਂ ਇਸ ਤਰ੍ਹਾਂ, ਇਹਦੇ ਜਿੰਨੀ ਮਿਹਨਤ ਕਰੋ, ਮਿਹਨਤ ਕਰੀ ਸੀ ਕੌਡੀ ਖੇਡਣ ਵਾਸਤੇ, ਹਾਂਜੀ ਓਨਾ ਹੀ ਪਾਵਰਫੁੱਲ ਹੋਣੀ। ਅਤੇ ਜੇ ਅਸੀਂ ਇਹ ਕੀ ਹੈ ਕਿ ਟੀਕਾ ਲਾ ਕੇ ਕੌਡੀ ਖੇਡੋ, ਇਹ ਵੀ ਨਹੀਂ। ਜਦੋਂ ਆਹ ਟੀਕੇ ਲਾਉਂਦੇ ਆ ਨਾ, ਇਹ ਬੜੀ ਅਹਿਮ ਗੱਲ ਜੀ, ਸਾਡੇ ਬੱਚੇ ਟੀਕੇ ਲਾਉਂਦੇ ਨੁਕਸਾਨ ਆ। ਜਦੋਂ ਇਹਨੇ ਮਿਹਨਤ ਕਰਨੀ, ਝਟਕਾ ਕੰਮ ਕਰਨਾ, ਮਾਂ ਪਿਓ ਦੀ ਖਿਦਮਤ ਕਰਨੀ, ਜਾਂ ਆਪਣਾ ਕੋਈ ਵੀ ਪੱਠੇ ਵੜਨ ਜਾਣਾ ਨਾ, ਉਹ ਵੀ ਕਰਨਾ ਪੜਦਾ ਰਿਹਾ ਪੱਠੇ, ਅਸੀਂ ਮੈਂ ਵੜਦੇ ਪੱਠੇ, ਜਿਹੜਾ ਮਰਜ਼ੀ ਤੁਰ ਮੈਂ ਪੱਠੇ ਵੜ ਲਾ। ਕਿਹਦੇ ਹੱਲ ਦੇ ਕੇ ਤੁਸੀਂ ਕਬੱਡੀ ਸ਼ੁਰੂ ਕੀਤੀ? ਇਹ ਉਸਤਾਦ ਜ਼ਫਰ ਸੀ। ਕਿੱਥੋਂ ਦਾ ਜੀ? ਇਹ ਕਮਾਲਪੁਰ ਦਾ ਜ਼ਫਰ ਵਾਲਾ ਹੀ ਹੋ ਗਈ, ਲੰਬੜਦਾਰ ਦਾ ਮੁੰਡਾ, ਠੀਕ ਹੋ ਗਿਆ ਸਾਹਮਣੇ ਜੀ। ਸਾਡੇ ਨਾਲ ਉਹਨੇ ਬਹੁਤ ਮਿਹਨਤ ਕੀਤੀ, ਉਹ ਬੁੱਢੇ ਵਰੇ ਤੱਕ ਸਾਨੂੰ ਜ਼ਰੂਰ ਆਇਆ। ਤੁਹਾਡੇ ਤੁਹਾਨੂੰ ਉਹਦਾ ਦੇਖ ਕੇ ਤੁਹਾਨੂੰ ਕਬੱਡੀ ਦਾ ਸ਼ੌਕ ਪੈਦਾ ਹੋਇਆ? ਇਹ ਕਬੱਡੀ ਦਾ ਮੈਨੂੰ ਸ਼ੁਰੂ ਤੋਂ ਬਚਪਨ 'ਚ ਵੀ ਮੈਨੂੰ ਸ਼ੌਕ ਚੜ ਗਿਆ ਜੀ। ਇਹਦੇ ਵਿੱਚ ਜਾਣ ਕੇ ਫਿਰ ਉਹ ਸਾਲ ਵੀ ਆਖਣਾ ਵੀ ਜਿਹੜੇ ਯਾਰ ਤੂੰ ਆਇਆ ਤਾਂ, ਫਿਰ ਉੱਧਰੋਂ ਅਕਰਮ ਸੀ ਮੁਖੀ ਦਾ ਮੁੰਡਾ, ਹਾਂਜੀ ਸਲਮ ਸੀ, ਹਾਂਜੀ ਇਹ ਵੀ ਖੇਡ ਦਿੰਦੇ, ਅਤੇ ਇਹਨਾਂ ਦੇ ਵਿੱਚ ਜਾਣ ਕੇ ਇਹਨਾਂ ਮੈਨੂੰ ਖਿਡਾਉਣਾ ਸ਼ੁਰੂ ਕਰਤਾ। ਹਾਂਜੀ, ਮੈਂ ਵੀ ਮੈਨੂੰ ਛੜਕ ਸੀ ਸ਼ੁਰੂ ਤੋਂ ਹੀ, ਅਤੇ ਮੇਰੇ ਦਿਲ ਕਰਦਾ ਮੈਂ ਟ੍ਰੇਨਿੰਗ ਕਰਿਆ ਕਰਾਂ, ਜਾਂ ਚਾਹੇ ਚਲੋ ਸਾਫ ਸੀ ਅਲੱਗ ਸੀ, ਹਾਂਜੀ ਬਹੁਤ ਅੱਛਾ ਬੰਦਾ ਸੀ, ਉਹਨੇ ਸਾਨੂੰ ਬੜੀਆਂ ਚੰਗੀਆਂ ਬਣਾ ਸੀ, ਉਹ ਹਾਕੀ ਦਾ ਕੋਚ ਸੀ, ਹਾਂਜੀ ਅਤੇ ਬਹੁਤ ਤਗੜਾ ਬੰਦਾ ਸੀ ਉਹ, ਉਹਨੇ ਸਾਡੇ ਪਿੰਡ ਦੀ ਆਖਰੀ ਟੀਮ ਬੜੀ ਚੰਗੀ ਬਣਾਈ, ਔਰ ਉਹ ਖੇਡੀ ਵਾਰਡਰ ਨਹੀਂ ਖੇਡੀ, ਪਾਸਲ ਵਾਰਡਰ ਖੇਡਦੇ ਰਹੇ ਆਖਰੀ ਟੀਮ ਨਾਲ, ਅਤੇ ਫਿਰ ਅਸੀਂ ਨਾਲ ਨਾਲ ਮੈਂ ਕਬੱਡੀ ਖੇਡਦਾ ਰਿਹਾ। ਹਾਂਜੀ, ਜਦੋਂ ਕਬੱਡੀ ਸ਼ੁਰੂ ਕੀਤੀ ਫਿਰ ਹੌਲੀ 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 ਡਾਲੇ ਫਿਰ ਬੁੱਢੇ ਹੋ ਗਏ ਸਾਡੇ, ਸਾਡਾ ਜ਼ਫਰ ਨਹੀਂ, ਹਾਂਜੀ ਅਤੇ ਉਹਨਾਂ ਫਿਰ ਸਾਨੂੰ ਉਹ ਹੀ ਸਮਝਾਉਂਦੇ ਰਹੇ ਇੱਦਾਂ ਨਹੀਂ ਇੱਦਾਂ ਪੁੱਛੋ, ਇੱਦਾਂ ਨਹੀਂ ਇੱਦਾਂ, ਉਹਨਾਂ ਦੇ ਬੂਟੇ ਲੱਗੇ ਜਿਹੜੇ ਸਾਡੇ, ਅਸੀਂ ਅਸੀਂ ਹੌਲੀ 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 ਅੱਗੇ ਵੱਧਦੇ ਵੱਧਦੇ ਵੱਧਦੇ। ਤੁਹਾਡੇ ਉਸਤਾਦ ਜ਼ਫਰ ਹੋਣੀ ਸੀ? ਜ਼ਫਰ ਵਾਲਾ, ਹਾਂ ਜ਼ਫਰ ਵਾਲਾ ਹੀ ਰੁਕਣ ਮੈਂ ਕਰ ਹੋਣੀ ਸਾਨੂੰ, ਫਿਰ ਮੁਸ਼ਕਿਲ ਮਿਲੇ ਅੱਜ ਵੀ ਇਹ ਯਾਦ ਰਹੇ, ਅੱਜ ਵੀ ਮਾਸ਼ਾ ਅੱਲਾਹ ਸਾਡੇ ਬੜਾ ਯਾਦ ਆ, ਮੈਂ ਉਹਨਾਂ ਦੇ ਅਕਰਮ ਅਤੇ ਅਸਲ ਦੋਵੇਂ ਭਰਾ ਖੇਡਦੇ ਹੁੰਦੇ। ਅਤੇ ਤੁਸੀਂ ਕਿਹੜੇ ਮਹਿਕਮੇ ਸੀ? ਮੈਂ ਪਹਿਲਾਂ ਇੱਕੋ ਮੈਚ ਮੈਂ ਖੇਡਿਆ, ਪਹਿਲਾਂ ਉਹਨਾਂ ਦੇ ਆਪਣਾ ਇਬਾੜਾ ਵਾਲੇ, ਹਾਂਜੀ ਇਬਾੜਾ ਹੀ ਮੈਂ ਭਰਤੀ, ਮੁੜ ਕੇ ਮੈਨੂੰ ਰੇਲਵੇ ਵਾਲੇ ਵੀ ਸਾਡੇ ਉੱਥੇ ਨਹੀਂ ਗਿਆ, ਮੁੜ ਕੇ ਫਿਰ ਨੇਵੀ 'ਚ ਉੜ ਗਿਆ ਮੈਂ, ਨੇਵੀ 'ਚ, ਨੇਵੀ 'ਚ, ਹਾਂਜੀ ਜਦੋਂ ਮੈਂ ਨੇਵੀ 'ਚ ਗਿਆ ਮੈਂ ਨੇਵੀ ਜਵਾਰ ਨੂੰ ਮੈਂ ਖੜਿਆ, ਮਹਾਦ ਨੂੰ ਖੜਿਆ, ਖਾਬਰ ਗੱਭਰੀਆਂ ਵਾਲਿਆਂ ਨੂੰ ਖੜਿਆ, ਮਹਾਦ ਜੰਜੂਆ, ਜੰਜੂਆ, ਹਾਂਜੀ ਇਹਨੂੰ ਵੀ ਨਾਲ ਲੈ ਗਿਆ, ਜਵਾਰ ਨਾਲਿਆਂ ਵਾਲੇ ਦਾ, ਹਾਂਜੀ ਇਹਨੂੰ ਵੀ ਨਾਲ ਲੈ ਗਿਆ, ਇੱਕ ਸਤਾਰ ਸੀ ਮੁੰਡਾ ਇੱਥੋਂ ਆਪਣਾ ਪੀਰਮੱਲ ਦਾ, ਹਾਂਜੀ ਉਹਨੂੰ ਮੈਂ ਲੈ ਗਿਆ, ਇੱਕ ਜਾਨਾ ਸੀ ਮੁੰਡਾ ਉਹਨੂੰ ਲੈ ਗਿਆ, ਜਿਸ ਵੇਲੇ ਇਹ ਮਹੀਨੇ ਲੈ ਗਿਆ ਨਾ ਇਹ ਫਿਰ ਮੇਰਾ ਵਾਰਡ ਵਾਲੇ ਮੇਰਾ ਭੱਜੇ, ਉਦੋਂ ਜਨਰਲ ਜੁਲਫਾਰ ਸਾਹਿਬ ਚੇਅਰਮੈਨ ਸੀ, ਜਨਰਲ ਚੇਅਰਮੈਨ ਵਾਰਡ, ਹਾਂਜੀ ਉਹ ਕਰਨਲ ਜੁਲਫਾਰ, ਜਨਰਲ ਜੁਲਫਾਰ ਸਾਹਿਬ ਨੇ ਉਹ ਅੱਜ ਕੱਲ੍ਹ ਵੀ ਜਰਮਾਨ, ਹਾਂਜੀ ਤੁਰ ਗਏ ਇੱਥੋਂ, ਇਹਨਾਂ ਦੇ ਰਿਸ਼ਤੇਦਾਰ ਨੇ ਘੁਆਇਆ, ਹਾਂਜੀ ਬਹੁਤ ਅੱਛੇ ਬੰਦੇ ਨੇ, ਉਹਨਾਂ ਨੇ ਫਿਰ ਆਖਿਆ ਵੀ ਇਹ ਮੁੰਡਾ ਜੋ ਮੰਗਦਾ, ਜਦੋਂ ਮੈਂ ਨੇਵੀ 'ਚ ਗਿਆ ਨਾ ਇਹਨਾਂ ਨੇਵੀ ਵੇਲੇ ਮੈਨੂੰ ਚੀਫ ਪੀ ਟੀ ਅਫਸਰ ਪਰਸੀ ਗਈ ਸਰ, ਹਾਂਜੀ ਫਿਰ ਇੱਕ ਦੇ ਪੀ ਟੀ ਅਫਸਰ ਕਰਾਏ, ਇੱਕ ਦੇ ਮਤਲਬ ਇਸ ਤਰ੍ਹਾਂ ਕਰਕੇ ਇਹਨਾਂ ਨੂੰ ਹੀ ਵਾਰਡ ਵਾਲੇ ਇੰਨਾ ਮਾਰੇ, ਇੰਨਾ ਮਾਰੇ, ਇਹਨਾਂ ਦੀ ਨਸੀਬ ਘਟਾ ਤੀ, ਹਾਂ ਇਹਨਾਂ ਫਿਰ ਪਿੱਟੇ ਇਹਨਾਂ ਨੂੰ ਲਿਆਓ। ਬਾਬ ਦਾ ਕਿਹੜਾ ਕਿਹੜਾ ਪਲੇਅਰ ਸੀ ਜਿਹਨਾਂ ਖਿਲਾਫ ਤੁਸੀਂ ਖੇਡੇ ਸੀ? ਬਾਰਡ ਇਸ਼ਤਿਹਾ ਆਪਣਾ ਉਹ ਖਾਲਦ ਰੰਧਾਵਾ ਸੀ, ਜਾ ਸਿੰਘ, ਖਾਲਦ ਰੰਧਾਵਾ ਤਿੰਨ ਚਾਰ ਘਾਲ, ਅਤੇ ਜਾ ਸਿੰਘ ਸੀ, ਫਿਰ ਪਠਾਣਾ ਸੀ, ਫੌਜਦੀਨ ਸੀ, ਫਿਰ ਟੋਨੀ ਸੀ, ਫਿਰ ਜਵਾਰ ਗੁੱਜਰ ਸੀ, ਮੁਹੰਮਦ ਸੈਨ ਸੀ, ਦੁਨੀਆ ਬਗਾੜਾ ਜਿਹੜਾ ਅੱਜ ਕੱਲ੍ਹ ਕੋਲ ਬਣਿਆ, ਹਾਂਜੀ ਉਹ ਸਾਡੀਆਂ ਪਿੰਡਾਂ 'ਤੇ ਰਹਿੰਦੇ ਨੇ, ਮੁਹੰਮਦ ਸੈਨ, ਮੁਹੰਮਦ ਸੈਨ ਅੱਜ ਜਿੰਦਾ ਜ਼ਿਆਦਾ ਉਹ ਜਿਹੜੇ ਮੁਹੰਮਦ ਸੈਨ ਨੂੰ ਨਾ ਨਾ ਟੀਮ 'ਚ ਨਹੀਂ ਰੱਖਦੇ, ਚੌਰੀ ਮੁਹੰਮਦ ਸੈਨ ਕੋਚ ਸੀ ਲਾਹੌਰ ਵਾਲਾ, ਬਹੁਤ ਅੱਛਾ ਬੰਦਾ ਸੀ, ਐਡਾ ਅੱਛਾ ਬੰਦਾ ਮੈਂ ਨਹੀਂ ਮਿਲਿਆ ਜਿੱਡਾ ਜਿੱਡਾ ਉਹ ਕੋਚ, ਉਹ ਹਰ ਬੰਦੇ ਨਿਊਜ਼ ਪੜ੍ਹਦਾ ਸੀ, ਹਾਂਜੀ ਗੋਗਾ ਸੀ ਇੱਥੋਂ ਦਾ ਅਕਾੜੇ ਦਾ, ਅਖਤਰ, ਹਾਂ ਹਾਂਜੀ ਅਖਤਰ ਪਠਾਣਾ ਜਿਹੜਾ ਸੀ ਬਾਅਦ ਆਇਆ ਨਾ, ਹਾਂਜੀ ਉਹ ਕਤਲ ਹੋਇਆ ਸੀ ਬਾਅਦ, ਫਿਰ ਇੱਕ
ਹੈਗਾ ਸੀ ਅਕਰਮ, ਫਿਰ ਇੱਕ ਰਿਆਜ਼ ਸੀ ਉਹ ਵੀ ਲਾਹੌਰ ਦਾ ਸੀ, ਫਿਰ ਇੱਕ ਡੋਲਾ ਡੋਲਾ ਮੁੰਡਾ ਉਹ ਵੀ ਲਾਹੌਰ ਦਾ ਸੀ। ਇਹ ਇਹ ਸਾਰੇ ਜਿਹੜੇ ਸੀ ਸਾਰੇ ਪਾਕਿਸਤਾਨ ਟੀਮ ਕੋਲ ਖੇਡਦੇ ਸਨ, ਪਿਆਰ ਕੰਨ ਪੜਾ ਲਏ ਨੇਵੀ ਵਾਲਿਆਂ ਨੇ, ਨੇਵੀ ਵਾਲਿਆਂ ਠੀਕ। ਇਹ ਸਾਡੇ ਕੋਲ ਇੱਕ ਦੋ ਮੈਚ ਜਿੱਤੇ ਸਾਡੇ ਕੋਲ। ਅਤੇ ਤੁਸੀਂ ਆਪਣੀ ਸਰਵਿਸ ਪੂਰੀ ਨੇਵੀ 'ਚ ਕੀਤੀ? ਮੈਂ ਮੁੜ ਕੇ ਫਿਰ ਜਿਹੜਾ ਇੱਕੋ ਮੈਚ ਖੇਡਿਆ ਤਾਂ ਮੁੜ ਕੇ ਉਹਨਾਂ ਘਰੋਂ ਆ ਕੇ ਲੈ ਗਏ ਵਾਰਡਾ ਹੋ ਗਿਆ ਵਾਰਡਾ, ਸਗੋਂ ਮੈਂ ਪਛਤਾਇਆ ਇੱਧਰ ਆਣ ਕੇ ਵਾਰਡ ਆਈ। ਕੀ ਵਜ੍ਹਾ? ਇੱਧਰ ਸਹੂਲਤ ਹੀ ਨਹੀਂ, ਉੱਧਰ ਸਹੂਲਤ ਜ਼ਿਆਦਾ, ਹਾਂਜੀ ਉੱਧਰ ਸਹੂਲਤ ਜ਼ਿਆਦਾ, ਉੱਧਰ ਬੰਦੇ ਚੰਗੇ ਹਰ ਜਗ੍ਹਾ, ਉੱਧਰ ਮੈਂ ਲੈਫਟੀਨੈਂਟ ਹੋਣਾ ਸੀ ਲੈਫਟੀਨੈਂਟ, ਹਾਂ ਚੀਫ ਬੜੀ ਉੱਥੇ ਭਰਤੀ ਰਿਹਾ ਮੈਂ ਟੈਕ ਚੀਫ ਬੜੀ ਉੱਥੇ ਭਰਤੀ ਰਿਹਾ ਮੈਂ, ਅਤੇ ਮੁੜ ਕੇ ਬਾਅਦ 'ਚ ਮੁੜ ਕੇ ਇਹਨੇ ਲੈ ਲਏ ਵਾਰਡ ਆ ਵਾਰਡ ਆਏ, ਅਤੇ ਜਿੰਨਾ ਚਿਰ ਲੰਦਰ ਉਹ ਰਹੇ ਹਾਂ ਜੀ ਹਰੇ ਨੇ, ਜਦੋਂ ਪਛਾਣ ਹਟੇ ਹਾਂ ਵਾਰਡਾ ਤੋਂ। ਤੁਸੀਂ ਕਿੰਨੇ ਦੇਰ ਖੇਡੀ ਵਾਰਡਾ ਤੋਂ? 25 ਸਾਲ ਮੈਂ ਗੋਡੀ ਖੇਡੀ, ਪੂਰੇ 25 ਸਾਲ 25 ਸਾਲ ਇਹ ਸਾਲ, ਅਤੇ ਮੈਂ ਵਿਆਹ ਕਰਾ ਕੇ ਖੇਡੀ, ਇਹ ਵੀ ਨਾਲ ਹੈ, ਮੈਂ ਜਿੰਨੀ ਗੋਡੀ ਖੇਡੀ ਹੈ ਵਿਆਹ ਕਰਾ ਕੇ ਖੇਡੀ, ਬਗੈਰ ਵਿਆਹ ਤੋਂ ਖੇਡੀ, ਸ਼ਾਦੀ ਕਰਾ ਸ਼ਾਦੀ ਤੋਂ ਜਦੋਂ ਇਹ ਬੇਟਾ ਹੋਇਆ ਨਾ ਮੇਰਾ ਸਲਾਮ, ਹਾਂਜੀ ਉਦੋਂ ਮੈਂ ਨੇਵੀ ਵਾਲੇ ਨੂੰ ਲੈ ਕੇ, ਉਦੋਂ ਇਹ ਕਹਿੰਦੇ ਸੀ ਜੀ ਲਓ ਜੀ ਇਹ ਸ਼ਾਦੀ ਹੋ ਗਈ, ਇਹ ਖੇਡ ਨਹੀਂ ਸਕਦਾ ਜੀ, ਐਸੇ ਕਰਦਾ, ਮੈਂ ਕਈ ਕਹਿੰਦੇ ਦਿਲ 'ਚ ਹੁੰਦੀ ਨਾ ਪਲੇਅਰ ਦੀ ਸ਼ਾਦੀ ਹੋਈ ਬੰਦਾ ਖੇਡ ਨਹੀਂ ਸਕਦਾ, ਹਾਂਜੀ ਅਤੇ ਮੈਂ ਇਹਨਾਂ ਦੇ ਸਾਹਮਣੇ ਸ਼ਾਦੀ ਕਰਾ ਕੇ ਮਾਸ਼ਾਅੱਲਾ ਮੇਰੇ ਬੱਚੇ ਜਵਾਨ ਆ ਜੀ। ਪਿੰਡ ਦੀ ਟੀਮ ਤੁਹਾਡੀ ਤਕੜੀ ਸੀ? ਪਿੰਡ ਦੀ ਟੀਮ ਤਾਂ ਹੈ ਹੀ ਨਹੀਂ ਸੀ, ਅੱਜ ਕੱਲ੍ਹ ਮੈਂ ਤਾਂ ਇਸ਼ਤਿਹਾਰ ਨੂੰ ਤਿਆਰ ਕਰਨ ਵਾਲਾ, ਮੈਂ ਆਵਾਜ਼ ਨੂੰ ਕਰਨ ਵਾਲਾ ਮੈਂ, ਠੀਕ ਆਵਾਜ਼ ਬੜਾ ਤੁਹਾਡਾ ਸੀ ਕਰਦਾ ਜੀ, ਇਹ ਬਾਤ ਹੈ ਦੇਖ ਕਿਸਮਤ ਬਾਰੇ ਨਾ ਮੇਰਾ ਹੀ ਤਿਆਰ ਕੀਤਾ, ਉਹਨੇ ਜੋ ਜੋ ਕੀਤਾ ਉਹ ਤੁਹਾਨੂੰ ਪਤਾ ਆਵਾਮ ਨੂੰ ਪਤਾ, ਜੋ ਉਹਨਾਂ ਸਾਡੇ ਨਾਲ ਕੀਤਾ। ਅਤੇ ਪਿੰਡ ਲੈਵਲ 'ਤੇ ਤੁਹਾਡੀ ਟੀਮ ਕਿੱਦਾਂ ਦੀ? ਪਿੰਡ ਲੈਵਲ 'ਤੇ ਪਹਿਲਾਂ ਤਾਂ ਮਤਲਬ ਸਾਡੇ ਜ਼ੀਰੋ ਹੀ ਸੀ ਨਾ, ਪਹਿਲਾਂ ਤਾਂ ਹੈ ਹੀ ਕੋਈ ਨਹੀਂ, ਮੁੜ ਕੇ ਹੌਲੀ 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 ਬਾਅਦ 'ਚ ਫਿਰ ਅਸੀਂ ਜਿਉਂ ਉੱਠੇ ਅਤੇ ਫਿਰ ਰਹਿਮਤ ਕੀਤੀ ਸਾਡੇ, ਅਤੇ ਫਿਰ ਇਹੋ ਹੀ ਰਹਿਮਤ ਕੀਤੀ, ਫਿਰ ਦੁਨੀਆ ਵੀ ਵੇਖਿਆ ਆਵਾਮ ਨੇ ਵੀ, ਮਰਾਨ ਵਾਲੇ ਦਾ ਤਾਂ ਪਤਾ ਹੀ ਆ ਵੀ ਉਹ ਵੀ ਤਗੜਾ ਸੀ ਮਾਸ਼ਾ, ਮਰਾਨ ਦਾ ਜਿਹੜਾ ਸੀ ਉਹ ਬਹੁਤ ਤਗੜਾ ਸੀ ਨਾ, ਮਰਾਨ ਨੂੰ ਵੀ ਕਿਸੇ ਬਾਦ ਸਾਹਿਬ ਜਿਹੜੇ ਸੀ ਵੀ ਅਖਮ ਮਿਲੀ ਜਾਂਦੇ। ਅਤੇ ਪਿੰਡ ਲੈਵਲ ਦੀ ਟੀਮ ਤੁਹਾਡੀ ਕਿਉਂ ਨਹੀਂ ਸੀ ਇੰਟਰ ਕਰਦੇ ਹੁੰਦੇ? ਟੀਮ ਤੁਹਾਡੀ ਤਗੜੀ ਸੀ ਆਮ ਪਿੰਡਾਂ ਨਾਲ, ਪਿੰਡ ਲਾ ਕੇ ਟੀਮ ਹੀ ਸਾਡੀ ਐਡੀ ਤਗੜੀ ਹੁੰਦੀ, ਜਿੱਥੇ ਤੁਹਾਨੂੰ ਅਕਬਾਲ ਵੀ ਇੰਟਰ ਕਰਨਾ ਹੀ ਆਉਣਾ ਜੀ। ਕੀ ਵਜ੍ਹਾ? ਇਹ ਵੀ ਮੁੰਡੇ ਸਾਡੇ ਸਾਰੇ ਤਗੜੇ ਸਨ, ਅਤੇ ਕੋਈ ਅੱਲਾਬਾਦ ਦੀ ਰਹਿਮਤ ਸੀ ਸਾਡੇ 'ਤੇ ਖਾਸ, ਜਿਹੜੀ ਉੱਥੋਂ ਜਿਹੜੀ ਜਿੱਥੋਂ ਸਾਨੂੰ ਉਤਾਹ ਹੋਇਆ, ਇਹ ਐਵੇਂ ਨਹੀਂ ਕੌਡੀ ਖੇਡੀ ਜਾਂਦੀ, ਇਹ ਕਿਸੇ ਬੰਦੇ ਉਤਾਹ ਹੋਈ ਤਾਂ ਫਿਰ ਅਸੀਂ ਕੌਡੀ ਖੇਡੀ ਹੈ, ਜੇ ਹੈ ਕਿਤੇ ਕੌਡੀ ਤਾਂ ਅਸੀਂ ਨਾਲ, ਅਸੀਂ ਤਾਂ ਰੁਕਾਵਟ ਹੀ ਕੌਡੀਆਂ ਜੇ, ਇਹ ਤਾਂ ਮੇਰੇ ਮਾਲਕ ਦੀ ਮਿਹਰਬਾਨੀ ਉਹਨਾਂ ਸਾਨੂੰ ਉਤਾਹ ਕੀਤਾ, ਤਾਂ ਚੌਥਾ ਹੁਣ ਪਿਆ ਕਿਉਂ ਸਾਡੇ ਬਾਰੇ ਹੋਰ ਵੀ ਤਾਂ ਬੰਦੇ ਹੈ ਨਾ, ਆ ਹੁਣ ਵੀ ਤਾਂ ਭਲਵਾਨ ਖੇਡਣ ਰਹੇ ਇਹਨਾਂ ਨਾਲ, ਹਾਂਜੀ ਵੀ ਇਹਨਾਂ ਦੋਸਤਾਂ ਨੂੰ ਨਹੀਂ ਨਾ ਇਹ ਕੰਮ ਕਰਨਾ ਚਾਹੀਦਾ ਜਿਹੜੇ ਇਹ ਕਰਦੇ ਆ, ਕੀ ਕਰਨਾ ਚਾਹੀਦਾ ਬਜ਼ੁਰਗਾਂ ਦੀ ਦੁਆਵਾਂ ਕੋਈ ਭਰਾਵਾਂ ਸੀ ਦੁਆਵਾਂ ਕੋਈ ਮਾਲ ਦੀ ਦੁਆ ਕੋਈ ਕਿਸੇ ਦੋਸਤ ਦੀ ਦੁਆ, ਇਹ ਸਾਰੇ ਅਸੀਂ ਮਿਹਨਤ ਕੀਤੀ ਤਾਂ ਹੋਏ, ਅਤੇ ਜੇ ਅਸੀਂ ਆ ਕਿ ਟੀਕੀਆਂ ਗੋਲੀਆਂ ਟੀਕੇ ਤਾਂ ਸਾਨੂੰ ਪਤਾ ਹੀ ਨਹੀਂ ਲੱਗੀ ਟੀਕਾ ਵੀ ਆਇਆ। ਪਿੰਡ ਲੈਵਲ 'ਤੇ ਤੁਹਾਡੇ ਨਾਲ ਕਿਹੜਾ ਕਿਹੜਾ ਪਲੇਅਰ ਸੀ ਜਿਹੜਾ ਤੁਹਾਡਾ ਸਾਥ ਪੂਰਾ ਦਿੰਦਾ ਸੀ ਵੀ ਸਟਾਫ ਬੈਂਚ 'ਚ? ਜਦੋਂ ਬੇਟਾ ਅਸੀਂ ਖੇਡਦੇ ਹਾਂ, ਹਾਂਜੀ ਉਦੋਂ ਤੁਸੀਂ ਇੱਕ ਜਾਣ ਖੇਡੇ, ਹਾਂਜੀ ਜਦੋਂ ਫਿਰ ਥੋੜ੍ਹੇ ਥੋੜ੍ਹੇ ਪਿਛਾਹ ਹਟੇ ਆ ਅਤੇ ਮਨਾਹ ਪਾਉਣਾ ਸ਼ੁਰੂ ਹੋ ਗਏ, ਉਹ ਤਾਂ ਬਾਅਦ ਦੀ ਗੱਲ ਹੈ ਨਾ, ਪਹਿਲੇ ਜੀ ਤੁਹਾਡੀ ਗੇਮ ਪਿੰਡ ਲੈਵਲ 'ਤੇ ਬਹੁਤ ਤਗੜੀ ਟੀਮ ਸੀ, ਤੁਹਾਡੇ ਨਾਲ ਸਟਾਫ ਲੈਣ ਕਿਹੜੀ ਕਿਹੜੀ ਸੀ? ਸਟਾਫ ਲੈਣ ਮੇਰੇ ਨਾਲ ਬਾਅਦ ਸੀ ਇਸ਼ਤਿਹਾਰ ਸੀ ਮਰਾਨ ਵਾਲਾ ਸੀ, ਫਿਰ ਆਪਣਾ ਇੱਕ ਹੋਰ ਮੁੰਡੇ ਛੋਟੇ ਵੀ ਹੈਗੇ ਸਨ ਪਹਿਲੇ, ਕਹਿੰਦੇ ਇਹ ਅਸੀਂ ਜਿਹੜੇ ਚਾਰੇ ਮੁੰਡੇ ਸਨ, ਹਾਂਜੀ ਇਹ ਅਸੀਂ ਕੋਈ ਸਨ, ਇਹ ਹਾਜੀ ਸੀ ਵੀ ਬਸ ਦਾ ਭਰਾ ਸੀ ਸ਼ਬੀਰ ਸੀ, ਇਹ ਤਾਂ ਗੁਜ਼ਾਰਾ ਮਤਾ ਕੇ ਕੋਈ ਫੜੇ ਜਾਣਾ, ਅਸੀਂ ਵੀ ਭੱਜਦੇ ਸੀ ਉਹਨੂੰ ਗੇਮ, ਇਹਨਾਂ ਇੱਕ ਕਿਤੇ ਭੱਜ ਦੋ ਕੋਟੀਆਂ ਭੱਜਣਾ ਹੁੰਦਾ ਸੀ ਮੈਚ 'ਚ ਲੈਣਾ, ਅੱਛਾ ਇੱਕ ਦੋ ਕੋਟੀਆਂ ਇੱਕ ਦੋ ਕੋਟੀਆਂ ਨਿਕਲ ਆਉਂਦੇ ਹੁੰਦੇ ਸੀ ਨਾ, ਤਾਂ ਅਸੀਂ ਬੜੇ ਆਸਾਨੀ ਨਾਲ ਮੈਚ ਲੈਣਾ ਪਿੰਡਾਂ ਸਾਵਾਂ 'ਚ, ਅਤੇ ਮੁੜ ਕੇ ਫਿਰ ਰੱਬ ਨੇ ਸਾਨੂੰ ਉਹ ਵੀ ਰੂਲ ਦਿੱਤਾ, ਪੂਰਾ ਪੂਰੀ ਪਾਕਿਸਤਾਨ ਇੱਕ ਬਣਿਆ ਹੁੰਦਾ ਸੀ ਅਤੇ ਕਮਾਲਪੁਰ ਇੱਕ ਬਣਿਆ ਹੁੰਦਾ ਸੀ, ਤਾਂ ਅਸੀਂ ਫਿਰ ਮੈਚ 'ਚ, ਫਿਰ ਉਹ ਕੀ ਵਜ੍ਹਾ ਤੁਹਾਡੇ ਨਾਲ ਕਿਹੜਾ ਪਲੇਅਰ ਐਸਾ ਰਲ ਗਿਆ ਫਿਰ? ਸਾਡੇ ਨਾਲ ਜੀ ਅਸੀਂ ਤਾਂ ਜਿਹੜਾ ਵੀ ਮੁੜ ਕੇ ਪਾਇਆ ਨਾ, ਹਾਂਜੀ ਉਹ ਹੀ ਸਾਡੇ ਨਾਲ ਚੱਲ ਗਿਆ, ਇਹ ਨਹੀਂ ਵੀ ਮਾੜਾ ਤੋਂ ਮਾੜਾ ਅਸੀਂ ਲੈ ਕੇ ਤੁਰ ਪਏ ਨਾ, ਅੱਲਾ ਬਾਦ ਨੂੰ ਵੀ ਸਾਨੀਆਂ ਪੈਦਾ ਫਰਮਾਈਆਂ, ਇੰਨੀ ਕੁ ਰਹਿਮਤ ਸੀ ਉਹਦੀ, ਰਹਿਮਤ ਨਾਲ ਖੇਡੇ ਅਸੀਂ, ਅਤੇ ਜੇ ਅਸੀਂ ਹੁਣ ਆਖੀਏ ਵੀ ਸਾਡੇ ਅਸੀਂ ਵੀ ਬੰਦਿਆਂ ਵਾਰੇ ਹੀ ਹਾਂ ਨਾ, ਜਦੋਂ ਉਹਦੀ ਰਹਿਮਤ ਨੂੰ ਸਭ ਕੁਛ ਹੀ, ਅਸੀਂ ਰਹਿਮਤ ਨੂੰ ਭੋਲ ਕੇ ਰਹਿਮਤ 'ਚ ਵੜ ਗਏ, ਤੁਹਾਡੇ ਇਸ ਤਰ੍ਹਾਂ ਗਏ ਕਿ ਮਾਂ ਦਾ ਨਹੀਂ ਪਤਾ ਭੈਣ ਦਾ ਨਹੀਂ ਪਤਾ
ਸਭ ਤੋਂ ਪਲੇਅਰ ਨੂੰ ਪਹਿਲਾਂ ਮਾਂ ਦੀ ਕਿਸਮਤ ਕਰਨੀ ਚਾਹੀਦੀ, ਮੁੜ ਕੇ ਪਿਓ ਦੀ, ਜਦੋਂ ਫਿਰ ਉਹ ਪਿੰਡ ਦੀਆਂ ਧੀਆਂ ਬਣਾ ਉਹਨਾਂ ਦੀ ਕਰਨੀ, ਜਦੋਂ ਇਹ ਕੰਮ ਕਰੇਗਾ ਫਿਰ ਉਹ ਕਾਢੇ ਕੋਲ, ਫਿਰ ਹਰ ਕੰਮ ਵੀ ਠੀਕ ਹੈ, ਫਿਰ ਕਾਮਯਾਬ ਹੈ। ਇੰਟਰਨੈਸ਼ਨਲ ਟੂਰ ਤੁਹਾਡਾ ਪਹਿਲਾਂ ਕਦੋਂ ਸੀ? ਇੰਡੀਆ ਟੂਰ ਤੁਹਾਡੇ ਕਿੰਨੇ ਲੱਗੇ ਆ? ਇੰਡੀਆ ਤਿੰਨ ਵਾਰੀ ਗਿਆ, ਇੰਡੀਆ ਤਿੰਨ ਦਫ਼ਾ ਗਏ, ਅਤੇ ਅਲਹਮਦੁਲਿਲਾ ਇੱਕ ਮੈਂ ਜਿੱਤੇ ਸੀ ਇੰਡੀਆ 'ਚ, ਹੁਣ ਕਹਿੰਦੇ ਤਾਂ ਨਾ ਇੱਦਾਂ ਇੱਦਾਂ ਇੱਕ ਮੈਂ ਜਿੱਤੇ ਤਾਂ ਪੂਰਾ ਇੰਡੀਆ ਦਾ ਵਕਤ ਪੈ ਗਿਆ ਅਤੇ ਬੰਦੇ ਆਏ। ਉਦੋਂ ਕਿਹੜਾ ਕਿਹੜਾ ਪਲੇਅਰ ਗਿਆ ਤੁਹਾਡੇ ਨਾਲ? ਉਦੋਂ ਮਾਦ 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 ਅਬਾਸ, ਇਸ਼ਤਿਹਾਰ, ਫਿਰ ਪਠਾਣਾ, ਜਾਸੀਨ, ਨੂਰੀ ਅਤੇ ਫੌਜੀਨ, ਜਬਾਰਾ ਜਬਾਰ ਵੀ ਗਿਆ ਨਾਲੇ, ਜਬਾਰ ਵੀ ਗਿਆ। ਉਦੋਂ ਤੁਸੀਂ ਜਿੱਤ ਕੇ ਆਇਆ ਸੀ? ਉਦੋਂ ਇੱਕ ਮੈਚ ਜਿੱਤਿਆ ਸੀ, ਤਿੰਨ ਟੂਰ ਤੁਹਾਡੇ ਇੰਡੀਆ ਦਾ ਇੱਕ ਮੈਚ ਜਿੱਤੇ, ਇੱਕ ਮੈਚ ਜਿੱਤੇ ਸਾਂ ਉਹ ਟੂਰ ਦੇ ਵਿੱਚ। ਉਹ ਵੀ ਇਸ ਤਰ੍ਹਾਂ ਵੀ ਉਹ ਹਰ ਮੈਚ ਹੀ ਬੰਦੇ ਬਦਲ ਲੈਂਦੇ ਸੀ, ਜੇ ਵਰਨਾ ਇੱਕੋ ਟੀਮ ਬਣਾ ਖੇਡਦੇ ਸਾਡੇ ਨਾਲ ਅਤੇ ਅਸੀਂ ਉਹਨੂੰ ਜਿੱਤਣਾ ਹੀ ਜਿੱਤਣਾ ਸੀ ਹਰ ਸੂਰਤ ਹੀ, ਕਿਉਂ ਉਹਨਾਂ ਜਿੱਥੇ ਮੈਚ ਨਹੀਂ ਖੇਡਿਆ ਨਾ ਅੱਗੇ ਜਾ ਕੇ ਉਹਨਾਂ ਚਾਰ ਬਦਲ ਕੇ ਪਿਆ ਦੋ। ਤੁਸੀਂ ਉਹੀ ਉਹ ਅਸੀਂ ਉਹੀ, ਕਿਉਂ ਅਸੀਂ ਤਾਂ ਗਏ ਹੀ ਉਹਨੇ ਕਿ ਸਾਨੂੰ ਤਾਂ ਅਸੀਂ ਤਾਂ ਉਹੀ ਰਹਿਣਾ ਸੀ। ਅਤੇ ਜੇ ਕੀ ਗੱਲ ਵੱਲ ਜਾਈਏ ਨਾ ਸੱਚੀ ਗੱਲ ਕਰੀਏ ਅਤੇ ਉਹ ਪਲੇਅਰ ਹੀ ਚੱਲੇ ਆ ਇੰਡੀਆ ਦੇ ਬਹੁਤ, ਉਦੋਂ ਵੀ ਜਾਂ ਹੁਣ ਤਕੜੇ ਸੀ? ਉਦੋਂ ਵੀ ਤਾਂ ਹੁਣ, ਉਦੋਂ ਜਿਹੜੇ ਉਦੋਂ ਵਾਲੇ ਪਲੇਅਰ ਸੀ ਨਾ ਕਿਤੇ ਉਹ ਆ ਜਾਂਦੇ ਨੇ ਇੱਥੇ, ਇਹ ਤਾਂ ਮਾਸ਼ਾ ਅੱਲਾਹ ਕਿਆ ਬਾਤਾਂ ਹੋਣੀਆਂ। ਉਹ ਬੇੜਾ ਜੀ ਬਹੁਤ ਤਕੜੇ ਭਗਵਾਨ, ਉਹ ਕੋਟੀ ਨੂੰ ਮਾਂ ਸਮਝਦੇ ਸਾਡੇ ਤਾਂ ਇੱਥੇ ਸੁਭਾਣ ਲਾ, ਜਦੋਂ ਵਹਿੰਦੇ ਵੀ ਆਹ ਬੱਚਾ ਖੇਡਦਾ, ਹੁਣ ਕਹਿੰਦੇ ਨੇ ਵੀ ਜਾਂ ਇਹਨੂੰ ਕਿਸੇ ਵੇਲੇ ਨਸ਼ੇ 'ਤੇ ਲਾ ਦਿਉ ਅਤੇ ਜਾਂ ਇਹਨੂੰ ਕਿਸੇ ਵੇਲੇ ਪਸਾ ਦਿਉ ਇੱਥੇ ਦੇ ਇੱਥੇ ਰਹਿ ਜੇ। ਉਹ ਆਪਣੇ ਕੋਲੋਂ ਪੈਸੇ ਦੇ ਕੇ ਨਾਲ ਸਟੈਂਡ ਕਰਦੇ ਆ ਵੀ ਬੇਟਾ ਤੂੰ ਯਾਰ ਸਾਡੀ ਈਦ 'ਤੇ, ਅਸੀਂ ਈਦ ਵੀ ਸਮਝਦੇ, ਅਸੀਂ ਆਉਂਦੇ ਹਾਂ ਵੀ ਇਹ ਪਿੰਡ ਦਾ ਪਲੇਅਰ ਬਣ ਚੱਲਾ ਅਤੇ ਇਹ ਸਾਡੀ ਬੀਜ ਹੈ, ਅਸੀਂ ਇਸ ਤੱਕ ਮਲਾ ਹੋਣਾ ਕਰਦੇ, ਸਾਨੂੰ ਮਲਾ ਹੋਣਾ ਨਹੀਂ ਕਰਨਾ ਚਾਹੀਦਾ, ਮੁਸਲਮਾਨ ਆ ਨਾ, ਸਾਡੀਆਂ ਕੰਮ ਉਹਨਾਂ ਤੁਰ ਗਏ ਉਹਨਾਂ ਵਾਲੇ ਕੰਮ ਸਾਡੇ 'ਚ ਵੜ ਗਏ, ਜਦੋਂ ਅਸੀਂ ਇਹ ਚੀਜ਼ ਸੋਚਣੀ ਉਦੋਂ ਮੁੰਡਾ ਨਹੀਂ ਤਿਆਰ ਹੋਣਾ, ਜਦੋਂ ਅਸੀਂ ਇਨਸਾਨੀ ਦਾਰੇ 'ਚ ਬਾਹਰ ਨਿਕਲਣਾ ਮੁੰਡਾ ਨਹੀਂ ਤਿਆਰ ਕਰ ਸਕਦਾ, ਇਹੋ ਪਿੰਡ ਸਾਡੇ 'ਚ ਵੜਿਆ। ਇੰਨੀ ਤੁਹਾਡੀ ਗੇਮ ਸੀ ਅਤੇ ਟ੍ਰੇਨਿੰਗ ਤੁਹਾਡੀ ਕਿੰਨੀ ਸੀ? ਟ੍ਰੇਨਿੰਗ ਤਾਂ ਬੇਟਾ ਬਸ ਇੱਦਾਂ ਹੀ ਕਰਦੇ ਰਹੇ, ਟ੍ਰੇਨਿੰਗ ਤਾਂ ਜਿਹੜਾ ਉਹ ਫਿਰ ਜਿੰਨੀ ਹੋ ਸਕੇ ਉਹਦੇ ਕਰਨੀ ਚਾਹੀਦੀ। ਹਾਂਜੀ ਮੈਂ ਤਾਂ ਬੇਟਾ ਇੱਕ ਵਜੇ ਉੱਠ ਲੈਂਦਾ ਰਾਤ, ਇਹ ਤਾਂ ਮੇਰੇ ਦਿਲ ਨੂੰ ਕੋਈ ਦੱਸ ਦੇ, ਅੱਛਾ ਪੂਰੇ ਇੱਕ ਵਜੇ ਉੱਠਣਾ ਜੇ ਮੰਗਾ ਵੀ ਨਹੀਂ ਸਕਦਾ, ਅਤੇ ਹੁਣ ਕੌਣ ਉੱਠਦੇ? ਨਾਲੇ ਕੰਮ ਤੋਂ ਵੀ ਜਾਂਦੇ ਸੀ, ਕੰਮ ਵੀ ਕਰਦੇ ਹਾਂ, ਬਾਂਗਾ ਵਾਲੇ ਟ੍ਰੇਨਿੰਗ ਕਰਕੇ ਮੈਂ ਸਮਝ ਜਾਂਦਾ ਹੁਣ 7 ਵਜੇ ਉੱਠਣਾ 8-9 ਵਜੇ ਅਤੇ ਮੈਂ ਉੱਥੇ ਕੰਮ ਕਰਦੇ ਕਰਦੇ ਮੈਂ ਘੜੀ ਸੌਂ ਲੈਂਦਾ ਹੁੰਦਾ 10 ਮਿੰਟ, ਜੇ ਉੱਥੇ ਵੀ ਨਾ ਕੰਮ ਕਰਦੇ ਕਰਦੇ 10 ਮਿੰਟ ਅੱਖ ਲਾ ਲੈਣੀ, ਦੁਪਹਿਰੇ ਦੁਪਹਿਰੇ ਨਾ ਮਤਲਬ ਲੰਚ ਟਾਈਮ ਰੋਟੀ ਖਾਣ ਲੱਗਣਾ ਅਤੇ ਸੌਂ ਲੈਣਾ, ਤਾਂ ਸ਼ਾਮ ਨੂੰ ਫਿਰ ਟ੍ਰੇਨਿੰਗ ਕਰਨੀ, ਸ਼ਾਮ ਨੂੰ ਫਿਰ ਟ੍ਰੇਨਿੰਗ ਕਰਨੀ, 4 ਵਜੇ ਬਾਹਰ ਤੁਸੀਂ ਨਿਕਲ ਆਉਣਾ ਉਹੋ ਜੋ ਮਰਜ਼ੀ ਹੋ ਜੇ। ਮੈਂ ਜਦੋਂ ਉੱਥੋਂ ਆਉਣਾ 4 ਵਜੇ, ਜਿਸ ਤਰ੍ਹਾਂ ਮਰਜ਼ੀ ਮੈਂ ਖਾੜੀ 'ਚ ਭੱਜ ਆਉਣਾ ਅਤੇ ਮੈਂ ਜਾ ਕੇ ਟ੍ਰੇਨਿੰਗ ਕਰਨੀ ਕਰਨੀ ਅਤੇ ਫਿਰ ਅਸੀਂ ਕਾਮਯਾਬ ਹੋਏ, ਐਵੇਂ ਨਹੀਂ ਕੰਮ ਅਸਲ ਜਿਹੜੀ ਮੇਨ ਚੀਜ਼ ਹੈ ਮਾਂ ਦੀ, ਮਗਰ ਦਵਾਸ ਜਿਹੜੀ ਹੈ ਸਾਡਾ ਸੰਬੰਧ ਨਾਲ, ਅਤੇ ਨਾਲ ਨਾਲ ਕੋਈ ਉਸਤਾਦ ਵੀ ਹੋਣਾ ਚਾਹੀਦਾ, ਬੰਦੇ ਦਾ ਪੁੱਤ, ਬੰਦੇ ਦਾ ਪੁੱਤ ਹੋਵੇ, ਅਤੇ ਜੇ ਉਸਤਾਦ ਹੀ ਨਾ ਬੰਦੇ ਦਾ ਪੁੱਤ ਹੋਵੇ ਤਾਂ ਤੁਸੀਂ ਆਪਣੇ ਉਸਤਾਦ ਦੀ ਕਦਰ ਕੀਤੀ ਆ, ਇੱਕ ਹੀ ਉਸਤਾਦ ਰੱਖਿਆ ਵੀ ਅੱਜ ਉਸਤਾਦ ਹੋਰ ਆ ਅਤੇ ਕੱਲ੍ਹ ਹੋਰ ਆ ਕੋਈ? ਅਸੀਂ ਜਿਹੜੇ ਜਿੰਨੇ ਵੀ ਵੱਡੇ ਮੁੰਡੇ ਸਨ ਜਿੰਨੇ ਮੰਨੇ ਤਾਂ ਉਹਨਾਂ ਨੂੰ ਅਸੀਂ, ਹਾਂਜੀ ਪਰ ਅਸੀਂ ਵੱਡਿਆਂ ਦਾ ਹਰ ਦਾ ਹਜ਼ਾਰ ਕੀਤਾ, ਔਰ ਅਜੇ ਤੱਕ ਵੀ ਸੀਨੀਅਰ ਪਲੇਅਰ ਸੀ ਨਹੀਂ, ਹਾਂ ਸੀਨੀਅਰ ਪਲੇਅਰ ਉਹਦਾ ਹੀ ਯਾਦ ਕੀਤਾ ਜਿੱਥੇ ਵੀ ਸਾਨੂੰ ਟੱਕਰਿਆ, ਸਹੀ ਉਹਨੇ ਸਾਨੂੰ ਜੋ ਮਰਜ਼ੀ ਆ ਕੇ ਉਹਦਾ ਇਹ ਯਾਦ ਕਰੀ ਦਿਆ ਅੱਜ ਵੀ। ਮਜ਼ਾ ਇਹ ਹੈ ਵੀ ਇਹਦੇ ਵਿੱਚ ਜਿੰਨਾ ਵੀ ਬੰਦਾ ਝੁਕੇ ਨਾ ਉਨੇ ਰੰਗ ਲੱਗਦੇ ਆ, ਅਤੇ ਜਿੰਨਾ ਤਾਂ ਵੇਖੋ ਉਨਾ ਹੀ ਪਛਾਣ ਹੀ ਜਾਣਾ, ਗਾਹ ਨਹੀਂ ਜਾਣਾ। ਅਤੇ ਮੈਂ ਤਾਂ ਅੱਗਾਂ ਦਾ ਵੀ ਜਿਹੜੇ ਬੱਚੇ ਨੇ ਨਾ ਇਹਨਾਂ ਅੱਛਾ ਸਾਥ ਲੱਭ ਕੇ ਦੇਣ ਅਤੇ ਅੱਛੇ ਸਾਥ ਕੋਈ ਜਾਣ ਅਤੇ ਟ੍ਰੇਨਿੰਗ ਕਰਨ ਅਤੇ ਅੱਜ ਵੀ ਪਾਕਿਸਤਾਨ ਟੀਮ ਜਿਹੜੀ ਬਣ ਸਕਦੀ ਅਤੇ ਜਿਹੜੇ ਆ ਹੁਣ ਆ ਕੇ ਨਾ ਵੀ ਹੁਣ ਇਹ ਬਣਾਉਣ ਜਾਂ ਕੋਚ, ਇਹਨਾਂ ਕੋਚਾਂ ਨੂੰ ਯਾਰ ਕੀ ਪਤਾ, ਜਿਸ ਇਹਨਾਂ ਨੂੰ ਆਪਣੇ ਉਸਤਾਦ ਦਾ ਨਹੀਂ ਪਤਾ ਕੁੜੀਆਂ ਨਾਲ ਪੜ੍ਹਾ ਸਕਦੇ, ਮੁਕਤਸਰ ਜੀ ਗੱਲ ਹੈ ਨਹੀਂ, ਇਹ ਹੋਣਾ ਚਾਹੀਦਾ। ਹਾਂਜੀ ਭਾਈ ਜਾਨ ਵੇਖੋ ਨਾ, ਜਿਹੜੇ ਬੰਦੇ ਆਪਣੇ ਮਾਂ ਪਿਓ ਦਾ ਨਹੀਂ ਪਤਾ ਹੈਗਾ, ਉਹਨੇ ਕਿਸੇ ਨੇ ਆਖਣਾ ਉਸਤਾਦ ਨੇ ਵੀ ਜਾ ਤੂੰ ਆਪਣੀ ਮਾਂ ਨੂੰ ਘੁੱਟੀ, ਤੂੰ ਐਸੇ ਕਰੀ, ਤੂੰ ਐਸੇ ਕਰੀ, ਨਹੀਂ ਆਖਾਂ। ਸਭ ਤੋਂ ਪਹਿਲਾਂ ਸ਼ਾਗਿਰਦ ਨੂੰ ਇਹ ਕਹਿਣਾ ਚਾਹੀਦਾ ਵੀ ਬੇਟਾ ਆਪਣੀ ਮਾਂ ਨੂੰ ਘੁੱਟੇ, ਆਪਣੀ ਮਾਂ ਦੀ ਖਿਦਮਤ ਕਰੀ, ਆਪਣੇ ਪਿਓ ਦੀ ਖਿਦਮਤ ਕਰੀ, ਆਪਣੇ ਭੈਣਾਂ ਭਰਾਵਾਂ ਦੀ ਖਿਦਮਤ ਕਰੀ, ਅਤੇ ਕਾਮਯਾਬ ਵੀ ਕਾਮਯਾਬ ਵੀ। ਅਤੇ ਜੇ ਉਹਨੂੰ ਆਖਣਾ ਵੀ ਆ ਜਾ ਪੁੱਤ ਚੋਰੀਆਂ ਕਰਨੀਆਂ ਤੁਹਾਡੀ ਖੇਡੀ ਕਰੇ, ਫਿਰ ਉਹਨੇ ਇੱਧਰਲੇ ਪਰੇ ਲੱਗਣਾ,
ਤੇ ਹੁਣ ਦੇ ਕਬੱਡੀ ਲਵਰਾਂ ਵਾਸਤੇ ਤੁਹਾਡਾ ਕੀ ਪੈਗਾਮ ਹੋਊਗਾ ਜਿਹੜੇ ਗਾਂ ਕਬੱਡੀ ਨਵਾਂ ਚੰਗੀ ਰੱਬ ਦੀ ਯਾਦ ਆ ਉਹ ਤੇ ਹੁਣ ਹਰ ਇੱਕ ਨੂੰ ਪਤਾ ਹੀ ਨਾ ਵੀ ਜਦੋਂ ਦਾ ਇਹ ਹੈਗਾ ਤੇ ਜੇ ਅਸੀਂ ਚੰਗੇ ਪਲੇਅਰ ਤਿਆਰ ਕੀਤੇ ਇਹਨਾਂ ਨੇ ਕਰ ਲਏ ਕਿੰਨੇ ਤੁਹਾਡੇ ਸਾਗਰ ਹੋਇਆ ਮੌਸਮ ਤੇ ਬਾਅਦ ਉੱਠਿਆ ਨਾ ਬੇਟਾ ਅਤੇ ਚਿਰਾਗ ਸੀ ਮੁੰਡਾ ਕਸਾਈਆਂ ਇੱਦਾਂ ਦੇ ਜਿਹੜੇ ਮਤਲਬ ਉਹਦੇ ਫਿਰ ਕਈ ਵਜੇ ਹੋ ਜਾਂਦੇ ਨਾ ਲਾਗਲੀ ਲੁਗਲੀ ਅਤੇ ਜਿਹੜੇ ਪਲੇਅਰ ਸੀ ਮੇਨ ਤਾਂ ਉਹਦੇ ਚਾਰ ਪੰਜ ਹੀ ਸਨ ਅਤੇ ਚੌਂ ਪੰਜ ਉਹ ਆਪਣੇ ਰੰਗ ਲਾਏ ਸਨ ਅਤੇ ਹੁਣ ਵਾਲੇ ਪਲੇਅਰਾਂ ਨੇ ਤੁਹਾਨੂੰ ਕਿਹੜਾ ਪਸੰਦ ਆ ਜਿਹੜਾ ਹੁਣ ਖੇਡ ਰਹੇ ਕਬੱਡੀ ਜ਼ਿਆਦਾ ਜਿਹਨੂੰ ਤੁਸੀਂ ਪਲੇਅਰ ਮੰਨਦੇ ਸੀ ਆਪਣੀ ਨਜ਼ਰਾਂ 'ਚ ਪਲੇਅਰ ਵੇਖਿਆ ਤਾਂ ਮੈਂ ਆਹ ਮਲ ਕੇ ਵੇਖਿਆ ਜਿਹੜਾ ਮੁੰਡਾ ਜਿਹੜਾ ਸੁਣਿਆ ਵੀ ਮਲਕ ਦੁਨੀਆ ਵੀ ਹਾਂ ਇਹ ਹੀ ਜਗ੍ਹਾ ਵੇਖਿਆ ਮੈਂ ਜਿਹਨੇ ਜੀ ਜਾਈ ਨਾਲ ਪੌੜੀਆਂ ਪਾਈ ਇਸ ਵਰਲਡ ਕੱਪ 'ਚ ਅਤੇ 14 ਵਾਲੇ ਵਰਲਡ ਕੱਪ 'ਚ 14 ਵਾਲੇ ਵਰਲਡ ਕੱਪ ਜੀ ਉੱਧਰ ਮੇਰਾ ਤੀਸੀ ਸਾਹਿਬ ਸਰ ਤੋਂ ਜਾਂ ਹੈਗੇ ਸਨ ਡੋਗਰ ਸਾਹਿਬ ਇਹ ਮਾਨਾ ਤਾਂ ਠੀਕ ਹੈ ਸਿਆਣਾ ਮਾਸ਼ਾ ਕਿਉਂਕਿ ਉਹ ਸਾਡੇ ਪੀਜੇ 'ਤੇ ਆ ਸਾਡੇ ਇਲਾਕੇ ਦੀ ਮਾਨਾ ਵੀ ਠੀਕ ਹੈ ਮਾਸ਼ਾ ਕਿਉਂ ਉਹ ਸਿਆਣਾ ਵੀ ਹੈਗਾ ਇਹ ਨਹੀਂ ਵੀ ਨਹੀਂ ਸਮਝਦਾਰ ਹੈ ਮਾਸ਼ਾ ਸਮਝਣ ਨਹੀਂ ਤੁਹਾਡੀ ਬੰਦਾ ਉਹਦੀ ਉਮਰ ਦੇ ਹਟਦਾ ਪੈ ਰਿਹਾ ਨਾ ਉਹਦੀ ਉਹਦਾ ਵੀ ਵਾਧਾ ਹੁਣ ਇਹੀ ਹੈ ਉਹ ਟ੍ਰੇਨਿੰਗ ਕਰਦਾ ਸੀ ਉਮਰ ਕੋਈ ਆਪਣੀ ਸਿਆਣਪਣੇ ਤੋਂ ਆਉਂਦਾ ਅਤੇ ਜੇ ਹੁਣ ਆ ਗਈ ਵੀ ਉਹਦੀ ਉਮਰ ਹੁਣ ਉਮਰ ਤੋਂ ਹਟਦਾ ਕੌੜੀ ਤੋਂ ਹਟਦਾ ਵਾ ਲੇਕਿਨ ਮਾਸ਼ਾਅੱਲਾ ਉਹ ਆਪਣਾ ਆਪਣੇ ਨੂੰ ਕਵਰ ਕੀਤਾ ਉਹਨੇ ਆਪਣੇ ਆਪ ਨੂੰ ਟ੍ਰੇਨਿੰਗ ਕੀਤੀ ਆਪਣੇ ਆਪ ਨੂੰ ਕੰਟਰੋਲ ਕੀਤਾ ਉਹਦਾ ਹੱਕ ਬਣਦਾ ਸੀ ਹੁਣ ਉਹਨਾਂ ਮਿਲਣੀ ਚਾਹੀਦੀ ਸੀ ਮਾਸ਼ਾਅੱਲਾ ਜੀ ਬਹੁਤ ਆਪਣੀ ਜ਼ਿੰਦਗੀ ਦਾ ਤੁਹਾਡਾ ਯਾਦਗਾਰ ਮੈਚ ਕਿਹੜਾ ਤੁਹਾਨੂੰ ਅਜੇ ਤੱਕ ਚੇਤਾ ਆਵੇ ਨਹੀਂ ਜਿਹੜਾ ਜਿੱਥੋਂ ਮੈਂ ਉੱਠਿਆ ਹਾਂਜੀ ਜਿੱਥੋਂ ਮੈਂ ਉੱਠਿਆ ਜਿਸ ਵਿੱਚ ਇਫਦਾ ਸ਼ੁਰੂ ਹੋਈ ਮੇਰੀ ਇਫਦਾ ਹੋਈ ਨੂਰਪੁਰ ਤੋਂ ਰੋਕੀ ਸਰ ਨੂਰ ਉਦੋਂ ਆਵਤ ਬਣਾਉਣ ਮਿਲਿਆ ਆਪ ਖਿਲਾਫ ਖੇਡਿਆ ਹਾਂਜੀ ਮਲਕ ਆਪਣਾ ਮਲਕਪੁਰ ਦਾ ਸੀ ਨਾ ਉਹ ਇੱਥੋਂ ਦਾ ਕਰਦਾ ਅਹਿਮਦੀਨ ਦਾ ਸੀ ਹਾਂਜੀ ਅੱਜ ਕੱਲ੍ਹ ਡਿਪਟੀ ਆ ਹਾਂਜੀ ਉਹ ਮੇਰੇ ਉਹਨੂੰ ਮੈਂ ਫਿਰ ਫੜਿਆ ਨਾ ਉਹ ਕਿਹੜੇ ਪੁਰਾਣੇ ਵਾਲਾ ਮਤਲਬ ਲੜਿਆਂ ਵਾਲੇ ਵਾਲੇ ਅਤੇ ਅਸੀਂ ਪਿੰਡ ਪਿੰਡ ਤੋਂ ਜਦੋਂ ਅਸੀਂ ਪਾਏ ਸੀ ਪਰ ਅਸੀਂ ਬਚੇ ਹੋ ਉਹਨੂੰ ਮੈਂ ਜੋ ਦੋ ਤਿੰਨ ਜਫੇ ਮਾਰੇ ਨਾ ਫਿਰ ਮੈਂ ਉੱਠਿਆ ਉੱਥੇ ਉਹ ਤੋਂ ਫਿਰ ਵੱਧਦਾ 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 ਵੱਧਦੇ ਫਿਰ ਸਾਨੂੰ ਐਸੀ ਮੁਸ਼ਕਲ ਜਿਹੜੀ ਹੱਲ ਹੈ ਨਾ ਉਹ ਕੋਈ ਨਹੀਂ ਨਜ਼ਰ ਆਈ ਮੈਨੂੰ ਵੀ ਮੈਨੂੰ ਮੈਂ ਹੁਣ ਆਪਣੀ ਗੱਲ ਕਰਨੀ ਚਾਹੀਦੀ ਨਾ ਬੰਦੇ ਵੀ ਮੈਨੂੰ ਐਸ ਪਲੇਅਰ ਕੋਲ ਮੈਨੂੰ ਡਰ ਆਇਆ ਮੈਨੂੰ ਨਹੀਂ ਕਿਸੇ ਕੋਲ ਡਰ ਆਇਆ ਕੋਈ ਬੰਦਾ ਆ ਕੇ ਹੁਣ ਮੀਨ ਜੱਟ ਸੀ ਨਾ ਅਤੇ ਮੀਨ ਜੱਟ ਇੱਕ ਇੱਦਾਂ ਦਾ ਪਲੇਅਰ ਸੀ ਨਾ ਉਹਦੇ ਬਾਰੇ ਪਾਕਿਸਤਾਨ ਦੇ ਪਲੇਅਰ ਅਜੇ ਵੀ ਬਣਿਆ ਅਤੇ ਨਾ ਹੋਣਾ ਹੀ ਮੇਰੇ ਹਿਸਾਬ ਨਾਲ ਜਿੱਡਾ ਤਕੜਾ ਉਹ ਇਹ ਕੀ ਵਜ੍ਹਾ ਉਹਦੀ ਵੀ ਮਿਹਨਤ ਸਮਝ ਲਓ ਜਾਂ ਉਹਦੀ ਕੋਈ ਕਿਸੇ ਮਾਂ ਦੀ ਦਵਾ ਜਾਂ ਉਹਦੇ ਮਗਰ ਕਿਸੇ ਬਜ਼ੁਰਗ ਦੀ ਦਵਾ ਹਾਂਜੀ ਉਹ ਐਡਾ ਤਕੜਾ ਸੀ ਉਹਦੇ ਕੋਲ ਬੰਦੇ ਆਪ ਹੱਥ ਛਿੜਾਉਂਦੇ ਹੁੰਦੇ ਸਨ ਉਹਨੇ ਕਿਸੇ ਸਾਡੇ ਆਪਣਾ ਫੈਜ਼ਲਾਬਾਦ ਆਣ ਕੇ ਮੈਚ ਖੇਡਿਆ ਉਹ ਮੰਡੀ ਜਾਣੀ ਦਾ ਸੀ ਦਸ ਚੱਟ ਨੇ ਮੇਰਾ ਹੈ ਪੂਰੇ ਜੱਟ ਸੀ ਅਤੇ ਪੂਰੇ ਮਾਸ਼ਾਅੱਲਾ ਬਹੁਤ ਤਕੜਾ ਜੱਟ ਸੀ ਉਹਦਾ ਹੱਥ ਟੁੱਟ ਗਿਆ ਮੈਂ ਵੀ ਵੇਚਦਾ ਹਾਂਜੀ ਸ਼ਿਵਾਜਪੁਰ ਹਾਂਜੀ ਹੱਥ ਟੁੱਟ ਗਿਆ ਮਾਲ ਉਹਦੇ ਖਿਲਾਫ ਇਸ਼ਤਿਹਾਰ ਬਾਸ ਹੱਸ ਟੁੱਟੇ ਨਾ ਕੌੜੀ ਪਾਉਂਦਾ ਰਿਹਾ ਹੱਸ ਟੁੱਟੇ ਨਾ ਹੱਸ ਟੁੱਟ ਗਿਆ ਸੀ ਉਹਦਾ ਹਾੜ ਇਹ ਸ਼ਹਿਰ ਟੁੱਟ ਗਿਆ ਅਤੇ ਕੌੜੀ ਨਹੀਂ ਪੈਂਦੀ ਉਹਨੇ ਕੀਤਾ ਉਹਨੇ ਆਪਣਾ ਸੋਚਣਾ ਆਪੇ ਖੋਲਿਆ ਬੰਨ ਕੇ ਅਤੇ ਕੌੜੀਆਂ ਪਾਉਣ ਲੱਗ ਗਿਆ ਵਿੱਚ ਇਹ ਮੈਂ ਇਹਨਾਂ ਨੂੰ ਮੈਂ ਆਖਿਆ ਨਾ ਯਾਰ ਮੁੰਡਾ ਕਰ ਦਿਓ ਇਹਨਾਂ ਕਹਿੰਦਾ ਨਹੀਂ ਅਸੀਂ ਫੜਨਾ ਇਹਨਾਂ ਕੋਲ ਇੱਕ ਹੱਥ ਨਹੀਂ ਫੜਿਆ ਪੁੱਛ ਬਾਈ ਜਿੰਦੇ ਜਾਗਦੇ ਨਾ ਕਿਹੜਾ ਮੀਨਾ ਜੜ ਜਹਾਨੀਆਂ ਮੀਨਾ ਜੜ ਜਾਣੀਆਂ ਇੱਡਾ ਤਕੜਾ ਬੰਦਾ ਹਸਪਿਟਲ ਆ ਗਿਆ ਤਾਂ ਬੰਦੇ ਕੋਲ ਬਾਹਰ ਨਹੀਂ ਤਾਂ ਹੁੰਦੀ ਅਕਸਰ ਇੱਕ ਮਿੰਟ ਡਰਾਉਂਦੇ ਆ ਕਿ ਉਹ ਕਮੀਨੇ ਕਿਹੜੇ ਰੇਟ 'ਤੇ ਚੜ ਗਏ ਉਹ ਜਹਾਜ਼ ਨਾ ਹੁੰਦਾ ਨਹੀਂ ਕਿਉਂ ਉਹ ਪੰਜ ਹਾਂ ਇਹ ਵਾਲਾ ਸਾਹਿਬ ਨੇ ਵਾਲਾ ਸਾਹਿਬ ਨੂੰ ਰੁਕਿਆ ਇਹ ਅਸੀਂ ਇਸ਼ਤਿਹਾਰ ਅਸੀਂ ਨਵੇਂ ਨਵੇਂ ਗਏ ਆਪਣਾ ਉੱਠੇ ਹਾਂ ਅਤੇ ਤੀਜੀ ਸਟੇਡੀਅਮ ਮੈਚ ਹੋਇਆ ਲਾਹੌਰ ਭਰਾ ਨਾ ਆਪਣਾ ਕਿਹੜਾ ਲੰਮਾ ਕਿਤੇ ਉਹ ਵੀ ਭਰਾ ਸਾਡਾ ਪਹਿਲਾਂ ਭਰਾ ਤਾਂ ਅਸੀਂ ਇਹਨੂੰ ਉਹਨੇ ਸੁੱਟਿਆ ਨਾ ਜੇ ਹਲੇ ਇਹ ਪ੍ਰੀਤ ਹਲਾਂ ਦੇ ਢੇਰੇ ਤੱਕ ਰੇਟ ਦਾ ਹੀ ਗਿਆ
ਹਾਂ ਸਕੂਟਰ ਵੇਖ ਨਾ ਮੇਰਾ ਭਰਾ ਬੜਾ ਚੰਗਾ, ਮੈਂ ਨਹੀਂ ਜਾਂਦਾ ਮਾੜਾ, ਬਹੁਤ ਚੰਗਾ, ਮੇਰੇ ਨਾਲ ਚੰਗਾ ਮਕਸਦ ਇਹ ਚੀਜ਼ ਦਾ ਵਾ, ਉਹ ਇਹਦੇ ਨਾਲ ਕੋਈ ਫੜਿਆ ਨਹੀਂ ਗਿਆ, ਬਾਲਾ ਸਾਹਿਬ ਮਰ ਗਿਆ, ਅੱਲਾ ਤਾਲਾ ਉਹਨੂੰ ਜਾਣਦੇ ਸੀ ਵੀ ਅਸੀਂ ਮਰ ਜਾਣਾ, ਉਹਦਾ ਅੱਜ ਵੀ ਨਾ ਜਾਂਦਾ, ਬਸ ਬਾਟਾ ਜਾਂਦਾ, ਮੈਂ ਬੜਾ ਤਗੜਾ, ਮੈਂ ਜਾ ਉਹਨੇ ਨਹੀਂ ਫੜਿਆ, ਮਾਲਕ ਨਹੀਂ ਫੜਿਆ, ਕਿਹੜੇ ਮਾਲਕ ਨਹੀਂ ਫੜਿਆ ਗਿਆ, ਨਾ ਨਾ ਤੁਸੀਂ ਆਪਣੇ ਕੋਲ ਫੜਾਇਆ ਮੈਂ ਹੁਣ ਮੈਂ ਦੱਸਾਂ ਮੈਂ ਫੜਿਆ, ਉਹ ਤਾਂ ਲੋਕਾਂ ਨੂੰ ਪਤਾ ਵੀ ਫੜਦਾ, ਮੈਂ ਤਾਂ ਉਹਨੂੰ ਫੜਦਾ, ਅਤੇ ਫਿਰ ਉਹਨੇ ਇਹ ਵੀ ਆਖਿਆ ਸੀ ਵੀ ਮੈਨੂੰ ਵਾਲੇ ਨੇ ਫੜਿਆ, ਕੋਰਟ 'ਚ ਨਹੀਂ ਨਾ ਕਿਸੇ ਨੇ ਫੜਿਆ, ਬਰਾਦਰੀ ਨੇ ਫੜਿਆ ਨਾ ਮੈਨੂੰ, ਅਤੇ ਮੈਨੂੰ ਕੋਈ ਗੱਲ ਨਹੀਂ ਹੈਗਾ, ਮੈਨੇ ਜੱਟ ਨੇ ਇੰਨੀ ਗੱਲ ਕੀਤੀ ਹੈ ਇਹਨਾਂ ਨੂੰ, ਜਿਹੜੇ ਦੋਸਤ ਨੇ ਮੇਰੇ ਜਾਣ ਕਰੀਕ ਨੇ ਪੁੱਛ ਲਿਆ ਵੀ ਇੰਨੀ ਗੱਲ ਹੋਈ ਕਿ ਨਹੀਂ, ਉਹਦੇ ਪਿੰਡ ਜਾ ਕੇ ਪੁੱਛ ਲੈਣ ਵੀ ਵਾਲਾ ਸਾਹਿਬ ਫੜਦੇ ਕਿ ਨਹੀਂ ਫੜਦੇ, ਇਹ ਗੱਲ ਵਾਕਿਆ ਸੱਚੀ, ਜਦੋਂ ਰੇਟ 'ਤੇ ਚੜ੍ਹ ਜਾਂਦੇ ਤਾਂ ਜਹਾਜ਼ ਬਣਾ ਆਉਂਦਾ, ਮੈਂ ਤਾਂ ਉਂਗਲ ਫੜ ਲੈਂਦਾ ਸੀ ਅਤੇ ਉਹਦੇ ਕੋਲ ਫੜਵਾ ਛੱਡਣਾ, ਤਾਂ ਵੀ ਸਾਨੂੰ ਛੱਡ ਦੇ ਤੇਰੀ ਮਿਹਰਬਾਨੀ, ਨਵੀਜ ਗੁੱਜਰ ਨੂੰ ਮੇਰੇ ਸਾਹਮਣੇ ਉਹਦਾ 130 ਕਿਲੋ ਮਿਲ ਜਾ ਰਿਹਾ, ਨਵੀਜ ਗੁੱਜਰ ਦਾ ਉਹ ਇੰਸਪੈਕਟਰ ਹੈ ਪੁਲਿਸ ਦੇ ਵਿੱਚ, ਮੇਰਾ ਵੀ ਭਰਾ ਬਹੁਤ ਦੋਸਤ ਹੈ ਮੇਰਾ, ਉਹ ਨਾਲ ਖੇਡਣ ਲੱਗਿਆ ਸੀ, ਉਹਨੇ ਇਹਨਾਂ ਉਂਗਲਾਂ ਤੋਂ ਫੜ ਕੇ ਇਹਨੂੰ ਛੁੱਟਿਆ, ਇਹਦਾ ਮੂੰਹ ਗੱਡਿਆ ਗਿਆ ਅਤੇ ਇਸ ਤਰ੍ਹਾਂ ਡਿੱਗਿਆ ਜਿਵੇਂ ਗਾਟਰ ਡਿੱਗਦਾ, ਗਾਟਰ ਨਹੀਂ ਡਿੱਗਦੇ ਡਿੱਗਦਾ ਇੱਕ ਮੈਂ ਐਂ ਕਰਕੇ ਛੁੱਟੀ ਐਂ ਕਰਕੇ ਇਸ ਤਰ੍ਹਾਂ ਅਤੇ ਐਂ ਕਰਕੇ ਮੂੰਹ ਅਜੇ ਵਧਿਆ ਜ਼ਮੀਨ ਦੇ ਵਿੱਚ ਕੱਢਿਆ ਹੀ ਆ, ਅਤੇ ਮੈਂ ਇਹਨੂੰ ਅੱਗੇ ਮੈਂ ਪੁੱਤਰ ਕੀ ਗੱਲ ਹੋਈ ਉਹ ਟੁੱਟ ਟੁੱਟ ਚਾਵਾ ਚਾਵਾ, ਅਤੇ ਚੋਈ ਸਾਹਿਬ ਮੁੜ ਕੇ ਫਿਰ ਗਿਆ, ਉਹਨੇ ਇਹਨੂੰ ਮੁੱਕਾ ਮਾਰਿਆ ਮਹੀਨੇ ਜੱਟ ਵਿੱਚ, ਉਹ ਕਹਿੰਦੇ ਉਹ ਵੀ ਚੀਜ਼ਾਂ ਬਸ ਸਾਡਾ ਭਰਾ ਹੋ ਨਵੀਨ ਗੁਜਰ ਜਾਣਾ, ਅਤੇ ਨਹੀਂ ਫੜਿਆ ਗਿਆ ਪਿੰਡ ਤਗੜਾ ਹੀ ਮੀਨ ਜੱਟ ਦੀ ਤਾਂ ਕਿਆ ਬਾਤ, ਤੁਹਾਡੇ ਕੋਈ ਆਪਣੀ ਜ਼ਿੰਦਗੀ 'ਚ ਕੋਈ ਤਗੜਾ ਤੁਹਾਨੂੰ ਰੇਟ ਦੇ ਸਕਦੇ, ਤੁਸੀਂ ਨਹੀਂ ਜਿਹਨੂੰ ਫੜਿਆ ਜੱਫਾ ਨਹੀਂ ਲਾਇਆ ਕੋਈ ਐਸਾ ਸਹੀ ਹੋਵੇ, ਮੈਂ ਨਾ ਵੀ ਕੋਈ ਐਸਾ ਨਹੀਂ ਜਿਹੜਾ ਨਾ ਫੜਿਆ, ਤੁਹਾਨੂੰ ਸਭ ਇਹ ਹੋਇਆ ਹੋਏਗਾ, ਮੈਂ ਇਸ ਕਾਬਲ ਨਹੀਂ ਹੈਗਾ ਇਹਦੀ ਗੱਲ ਕਰਾਂ, ਇਹ ਹੋਇਆ ਹੋਏਗਾ ਵੀ ਉਹ ਜਿੱਥੇ ਉਹਨੇ ਨਾ ਸੁਣਿਆ ਕਹਿੰਦਾ ਮਾੜੇ ਬੰਦੇ ਦਾ, ਉਹ ਕਬੱਡੀ ਨਹੀਂ ਖੇਡਿਆ ਹੋਇਆ, ਉਹ ਬੱਚਾ ਤੁਰ ਗਿਆ ਹੋਇਆ ਵੀ ਮੈਂ ਕਬੱਡੀ ਨਹੀਂ ਖੇਡੀ ਅੱਗੇ ਉਮਰਿਆ, ਕਿਉਂ ਮੈਂ ਹੋਰ ਲੱਗਦਾ ਨਹੀਂ ਮੈਂ ਕਹਿ ਸਕਦਾ, ਕਿਉਂ ਇਹ ਫਿਰ ਬੁਰਾਈ ਹੁੰਦੀ ਹੈ ਨਾ, ਮਾੜੀ ਗੱਲ ਹੈ, ਬਰਤਾਦ ਕੀਤੀ ਮੇਰੇ ਮਾਲਕ ਨੇ, ਹੁਣ ਅਸੀਂ ਆਖੀਏ ਜੀ ਇਹ ਮੈਂ ਇੱਦਾਂ ਇੱਦਾਂ ਵੀ ਸਾਡੇ ਵਾਸਤੇ ਬੁਰੀ ਬਾਤ, ਹਾਂਜੀ ਉਹਦੀ ਰਹਿਮਤ ਹੀ ਹੈ ਨਾ, ਰਹਿਮਤ ਤਾਂ ਸਭ ਕੁਛ ਹੈ ਜੀ, ਰਹਿਮਤ ਨਹੀਂ ਫਿਰ ਕੁਛ ਨਹੀਂ ਹੈ, ਇੰਡੀਆ ਦੀ ਬੈਸਟ ਹੋਏ ਇੰਡੀਆ ਜੀ, ਹੁਣ ਮੈਂ ਝੂਠ ਮਾਰਾਂ ਮੈਂ ਬੈਸਟ ਹੋਇਆ ਇਸ ਤਰ੍ਹਾਂ ਜਾਂ ਇਸ ਤਰ੍ਹਾਂ ਵੀ, ਇਹ ਵੀ ਬੁਰੀ ਬਾਤ ਹੈ, ਹਾਂਜੀ ਇੰਡੀਆ ਹੀ ਖੇਡੇ ਤਗੜੇ ਆ, ਹਾਂਜੀ ਬੈਸਟ ਹੋਣ ਹੁੰਦੀ ਉਹਨਾਂ ਸਾਨੂੰ ਨੋਬਲ ਨਹੀਂ ਦਿੰਦੇ, ਕੀ ਵਜ੍ਹਾ ਹੈ, ਉਹ ਹੈ ਤਗੜੇ ਸਨ ਇੰਡੀਆ ਵਾਲੇ, ਹਾਂ ਵੇਖੋ ਜੀ ਜੱਫੇ ਅਸੀਂ ਲਾ ਦਿੰਦੇ ਹਾਂ, ਜੱਫੇ ਅਸੀਂ ਮੈਂ ਜਿੱਤਿਆ ਉਹਨਾਂ ਨੂੰ, ਮੈਂ ਉੱਥੇ ਜੱਫੇ ਵੀ ਮਾਰੇ, ਮੈਂ ਡੈਡ ਵੀ ਕੀਤਾ ਉਹਨਾਂ ਨੂੰ, ਇਹ ਕਹਿੰਦੇ ਆ ਵੀ ਉਹ ਮਾਸ਼ਲ ਹੈ ਸਾਨੂੰ ਤੁਸੀਂ ਤੁਹਾਡੇ ਤਾਂ ਅਸੀਂ ਉਹਨਾਂ ਤੁਹਾਡੇ ਬਣਾਉਣਾ ਚਾਹੀਦਾ ਨਾ, ਅਸੀਂ ਕਿ ਅਸੀਂ ਇਸ ਤਰ੍ਹਾਂ ਇਹ ਵੀ ਮਾੜੀ ਗੱਲ ਹੈ, ਉਦੋਂ ਕਿਹੜਾ ਤਗੜਾ ਪਲੇਅਰ ਸੀ ਇੰਡੀਆ ਦਾ ਤੁਹਾਡੇ ਦੌਰ 'ਚ, ਮੇਰੇ ਤੋਂ ਇੱਕ ਹੈਗਾ ਸੀ ਭੀਮਾ, ਇੱਕ ਭੀਮਾ ਸੀ ਅਤੇ ਇੱਕ ਲੱਕੀ ਲੱਕੀ ਕੁਰਾਜ, ਹਾਂ ਲੱਕੀ ਬੜਾ ਤਗੜਾ ਸੀ, ਬਹੁਤ ਤਗੜਾ ਮੁੰਡਾ ਸੀ, ਫਿਰ ਇੱਕ ਗੋਰਾ 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 ਨਗੇਜ ਮੁੰਡਾ ਸੀ, ਉਹ ਵੀ ਬੜਾ ਤਗੜਾ ਮੁੰਡਾ ਸੀ, ਸਾਈ ਸਰਟ ਸਟਾਪਰੇ ਨੂੰ ਕਹਿੰਦੇ, ਅਤੇ ਬਾਬਾ ਜੀ ਉਹਦੇ ਵਿੱਚ ਆਣ ਕੇ ਜਦੋਂ ਹਰ ਮੈਚ ਦੇ ਵਿੱਚ ਉਹਨਾਂ ਕੋਈ ਨਾ ਕੋਈ ਬਦਲ ਲੈਂਦੇ, ਹਰ ਮੈਚ ਹੀ ਬਦਲ ਲੈਂਦੇ, ਤੁਹਾਡੇ ਕੋਲ ਇੰਨੀ ਕੁ ਪਲੇਅਰ ਸੀਟ ਤੁਸੀਂ ਲੈ ਕੇ ਗਏ, ਤੁਹਾਡੇ ਕੋਲ ਪਲੇਅਰ ਹੀ ਨਹੀਂ, ਜਦੋਂ ਹੋਣੇ ਪੂਰੇ ਜੇ ਤੋਂ ਪੂਰੇ ਗੱਲ ਨਹੀਂ ਹੋਣੀ, ਜੇ ਬਾਹਰ ਤੋਂ ਮੁੜ ਕੇ ਜਾਣੇ ਵੀ ਕੋਈ ਨਹੀਂ ਦਿੰਦੇ, ਤਾਂ ਨਾ ਮੋਰੋ ਜਾਣੇ ਜਾਂ ਉਦੋਂ ਮਾਂ ਜਿਹੜਾ ਸਾਨੂੰ ਵੀ ਫਿਕਰ ਤਾਂ ਆ ਸੀ ਨਾ ਵੀ ਅਸੀਂ ਚੰਗੇ ਖੇਡਦੇ ਉਦੋਂ, ਅਤੇ ਜਿੱਦਾਂ ਦੇ ਹੁਣ ਮੁੰਡੇ ਆ ਨਾ, ਉਹ ਕੈਨੇਡਾ ਦਾ ਟੂਰ ਹੈਗਾ, ਕੈਨੇਡਾ ਦਾ ਟੂਰ ਮੇਰਾ ਹੈਗਾ, ਉਹ ਗਏ ਆ ਇਹਨੇ ਨਹੀਂ ਦੇਖਦਾ, ਇੱਕ ਦੋ ਗਏ ਆ ਉਦੋਂ ਨਵੀਨ ਗੁੱਜਰ ਮੇਰਾ, ਨਵੀਨ ਗੁੱਜਰ ਨਵੀਨ ਗੁੱਜਰ, ਫਿਰ ਪੱਪੂ ਆਵਦ, ਰਜ਼ਾਕ ਗੁੱਜਰ, ਨਾਜੀ, ਨਾਜੀ ਗਾਦਰਾਬਾਦ ਗਾਦਰਾਬਾਦ, ਅਤੇ ਇੱਕ ਰਿਆਜ਼ ਪੱਥਰੀ ਵਾਲਾ, ਉਹ ਅੱਜ ਕੱਲ੍ਹ ਡੀ ਐੱਸ ਪੀ ਹੈ, ਇਹਦੇ ਵਿੱਚ ਜਾਣ ਕੇ ਸਾਰੇ ਦੋਸਤ ਗਏ, ਉੱਥੇ ਵੀ ਅੱਛੀ ਗੇਮ ਕੀਤੀ ਉੱਥੇ ਵੀ, ਲੇਕਿਨ ਉੱਥੇ ਵੀ ਤਾਂ ਇੰਡੀਆ ਵਾਲੇ ਜਾ ਕੇ ਖੇਡਦੇ, ਕੁਮਾਰਪੁਰ ਦੇ ਤੁਸੀਂ ਇਕੱਲੇ ਹੀ ਕੈਨੇਡਾ ਟੂਰ ਲਗਾਏ, ਉਦੋਂ ਮੈਂ ਜਦੋਂ ਗਿਆ ਮੈਂ ਕੱਲੇ ਗਿਆ ਮੁੜ ਕੇ, ਫਿਰ ਬਾਅਦ 'ਚ ਗਏ ਬਾਅਦ ਵਿੱਚ ਇਸ ਤਰ੍ਹਾਂ ਬਾਅਦ 'ਚ ਗਏ, ਇੱਕ ਤਾਂ ਜਦੋਂ ਗਿਆ ਮੁੜ ਕੇ ਤਾਂ ਪਾਸਪੋਰਟ ਜਿਹੜਾ ਪਤਾ ਹੀ ਹੋਵੇ, ਇਹੀ ਹੁਣ ਮੈਂ ਉਹ ਨਹੀਂ ਕਰਨੀ ਚਾਹੀਦੀ, ਲੇਕਿਨ ਇਹ ਆ ਵੀ ਉਹਦੇ ਵਿੱਚ ਜਾਣ ਕੇ ਇੱਕ ਦੋ ਦੋਸਤ ਮੁੜ ਕੇ ਮੇਰਾ ਬਣਿਆ ਮਤਲਬ ਮਸਾ ਰਿਹਾ ਪਾਸਪੋਰਟ ਪਾਰ ਸਾਹਿਬ, ਕੰਘਾ ਟੂਰਨਾਮੈਂਟ ਬਹੁਤ ਤਗੜਾ ਹੁੰਦਾ ਸੀਗਾ, ਹਾਂਜੀ ਕਦੀ ਖੇਡਿਆ ਕੰਘਾ ਮੈਚ ਖੇਡੇ
ਬੜੇ ਤਗੜੇ ਮੈਚ ਖੇਡੇ ਜੀ ਉੱਥੇ ਸਾਡੇ ਪੂਰਾ ਪਾਕਿਸਤਾਨ ਇੱਕ ਬਣੇ ਹਾਂਜੀ ਪੂਰਾ ਪਾਕਿਸਤਾਨ ਆਰਮੀ ਪੂਰੀ ਅਤੇ ਸਾਡੇ ਆ ਅਸੀਂ ਨਾਮ ਵੀ ਉੱਥੇ ਜਿੱਤਦੇ ਰਹੇ ਅਤੇ ਸਾਨੂੰ ਅਸੀਂ ਉੱਥੋਂ ਹਰੇਕ ਵੀ ਅਲਹਮਦੁਲਿਲਾ ਪੂਰਾ ਪਾਕਿਸਤਾਨ ਇੱਕ ਬਣਿਆ ਹੁੰਦਾ ਕਮਾਲਪੁਰ ਇੱਕ ਬਣਿਆ ਹੁੰਦਾ ਇੱਕ ਤੋਂ ਸਵਾਦ ਦੋ ਇੱਕ ਇੱਕ ਮੁੰਡੇ ਸਾਥ ਪੂਰੇ ਮੁੰਡੇ ਤੋਂ ਵੱਧ ਨਹੀਂ ਅਸੀਂ ਪਾਉਂਦੇ ਤਾਂ ਅਸੀਂ ਮੈਚ ਚਲੇ ਗਏ ਪੂਰਾ ਪਾਕਿਸਤਾਨ ਇੱਕ ਬਣਿਆ ਇਹ ਹਰ ਮਤਲਬ ਇੱਕ ਤੋਂ ਨਾ ਇੱਦਾਂ ਪੂਰੇ ਇਲਾਕੇ 'ਚ ਪਤਾ ਫਿਰ ਉਹਨਾਂ ਨੇ ਮੱਝਾਂ ਨਾਮ ਰੱਖੀਆਂ ਵੀ ਅਸੀਂ ਜੇ ਜਿਹੜਾ ਕਮਾਲਪੁਰ ਨੂੰ ਜਿੱਤੇ ਅਸੀਂ ਮੱਝਾਂ ਦਾ ਅਸੀਂ ਫਿਰ ਉਹ ਵੀ ਅਲਾਮ ਲਾ ਹੀ ਜਿੱਤੇ ਹਾਂ ਅਸੀਂ ਉਹ ਵੀ ਜਿੱਤੇ ਹਾਂ ਪੂਰਾ ਪਾਕਿਸਤਾਨ ਪੂਰੀ ਆਰਮੀ ਇੱਕ ਬਣੇ ਸੀ ਅਸੀਂ ਜਿੱਤ ਕਮਾਲਪੁਰ ਪਿੰਡ ਇੱਕ ਇੰਨੀ ਰੱਬ ਨੇ ਸਾਨੂੰ ਛੋੜ ਕਿ ਆਰਮੀ ਦੀ ਪੂਰੀ ਟੀਮ ਇੱਕ ਬਣੇ ਤਾਂ ਕਮਾਲਪੁਰ ਦੀ ਟੀਮ ਇੱਕ ਬਣੇ ਕਮਾਲਪੁਰ ਦੀ ਇੱਕ ਬਣੇ ਹਾਂ 1994 ਟਰਾਫੀ ਇਹ ਕੰਗਾਂ ਦੀ ਆਈ ਕੰਗਾਂ ਦੀ ਕੰਗਾਂ ਦੀ ਅਤੇ ਅਲਹਮਦੁਲਿਲਾ ਅੱਲਾਹ ਦਾ ਸ਼ੁਕਰ ਉਹਨਾਂ ਨੂੰ ਅਸੀਂ ਜਿੱਤੇ ਰਹੇ ਅੱਲਾਹ ਸਾਨੂੰ ਜਿੱਤ ਦਿੱਤਾ ਅਤੇ ਰੱਬ ਨੇ ਬਹੁਤ ਜਿੱਤ ਦਿੱਤਾ ਅਤੇ ਕੌੜੀ ਦੇ ਸਦਕੇ ਨਾਲ ਅਸੀਂ ਇੱਦਾਂ ਕੁਛ ਨਹੀਂ ਹੁੰਦਾ ਕੁਛ ਨਾ ਕੁਛ